ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਅਜੀਤ ਵੈੱਬ ਟੀ ਵੀ। ਮੈਂ ਹਾਂ ਗੌਰਵ ਮੈਨੀ, ਲੈ ਕੇ ਹਾਜ਼ਰ ਹਾਂ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ। ਆਗਾਜ਼ ਕਰਦੇ ਹਾਂ ਇਸ ਬੁਲੇਟਿਨ ਦਾ ਅੱਜ ਦੀਆਂ ਮੁੱਖ ਖਬਰਾਂ ਤੋਂ। ਨੇਪਾਲ 'ਚ ਨਵਾਂ ਧਰਮ ਨਿਰਪੱਖ ਸੰਵਿਧਾਨ ਹੋਇਆ ਲਾਗੂ। ਮਾਨਸਾ ਜ਼ਿਲ੍ਹੇ 'ਚ ਡੇਂਗੂ ਦੀ ਬਿਮਾਰੀ ਨੇ ਦਿੱਤੀ ਦਸਤਕ। 60 ਮਰੀਜ਼ ਡੇਂਗੂ ਦੀ ਬਿਮਾਰੀ ਦੇ ਨਾਲ ਹੋਏ ਪ੍ਰਭਾਵਿਤ। ਡੇਂਗੂ ਦਾ ਕਹਿਰ ਅਜੇ ਵੀ ਜਾਰੀ। ਯੂਪੀ 'ਚ 6 ਲੋਕਾਂ ਦੀ ਹੋਈ ਮੌਤ। ਸਰਕਾਰੀ ਸਨਮਾਨ ਨਾਲ ਦਿੱਤੀ ਗਈ ਡਾਲਮੀਆਂ ਨੂੰ ਅੰਤਿਮ ਵਿਦਾਈ। ਅਤੇ ਹੁਣ ਖਬਰਾਂ ਵਿਸਤਾਰ ਨਾਲ। ਨੇਪਾਲ 'ਚ ਨਵਾਂ ਧਰਮ ਨਿਰਪੱਖ ਸੰਵਿਧਾਨ ਲਾਗੂ ਕੀਤਾ ਗਿਆ। ਨੇਪਾਲ 'ਚ ਕੱਲ੍ਹ ਭਾਰੀ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਸੰਵਿਧਾਨ ਨੂੰ ਲਾਗੂ ਕਰ ਦਿੱਤਾ ਗਿਆ। ਨੇਪਾਲ 'ਚ ਨਵਾਂ ਸੰਵਿਧਾਨ ਚਾਹੇ ਲਾਗੂ ਤਾਂ ਹੋ ਗਿਆ, ਪਰ ਨਵਾਂ ਸੰਵਿਧਾਨ ਕਈ ਲੋਕਾਂ ਨੂੰ ਪਸੰਦ ਨਹੀਂ ਆਇਆ ਅਤੇ ਇਸ ਕਾਰਨ ਹਿੰਸਾ ਭੜਕ ਗਈ। ਇਸ ਹਿੰਸਾ 'ਚ ਇੱਕ ਵਿਅਕਤੀ ਦੇ ਮਰਨ ਦੀ ਵੀ ਖਬਰ ਹੈ। ਸਰਕਾਰ ਨੇ ਪ੍ਰਦਰਸ਼ਨ ਨੂੰ ਲੈ ਕੇ 14 ਰਾਜਾਂ 'ਚ ਕਰਫਿਊ ਲਗਾ ਦਿੱਤਾ ਹੈ। ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਰੋਕਣ ਦੇ ਲਈ ਪੁਲਿਸ ਨੂੰ ਫਾਇਰਿੰਗ ਵੀ ਕਰਨੀ ਪਈ। ਇਸ ਫਾਇਰਿੰਗ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਦਰਸ਼ਨ ਨੂੰ ਲੈ ਕੇ ਕਾਠਮਾਂਡੂ 'ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਅੱਜ ਸਵੇਰੇ ਵੀ ਬੀਰਗੰਜ ਵਿੱਚ ਪ੍ਰਦਰਸ਼ਨਕਾਰੀਆਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਹ ਸੰਵਿਧਾਨ 20 ਸਤੰਬਰ ਨੂੰ ਲਾਗੂ ਕੀਤਾ ਗਿਆ। ਇਸ ਸੰਵਿਧਾਨ ਨੂੰ ਲਾਗੂ ਕਰਨ ਦਾ ਐਲਾਨ ਰਾਸ਼ਟਰਪਤੀ ਰਾਮ ਬਰਾਨ ਯਾਦਵ ਨੇ ਕੀਤਾ ਅਤੇ ਇਸ ਮੌਕੇ ਨਵੀਂ ਦਿੱਲੀ 'ਚ ਨੇਪਾਲ ਅੰਬੈਸੀ ਦੇ ਬਾਹਰ ਖੁਸ਼ੀ ਦੇਖਣ ਨੂੰ ਮਿਲੀ। ਭਾਰਤ 'ਚ ਨੇਪਾਲ ਦੇ ਰਾਜਦੂਤ ਦੀਪ ਉਪਾਧਿਆਇ ਨੇ ਇਸ ਮੌਕੇ ਨੂੰ ਇੱਕ ਇਤਿਹਾਸਿਕ ਮੌਕਾ ਦੱਸਿਆ। ਇਸ ਖੁਸ਼ੀ ਦੇ ਮੌਕੇ 'ਤੇ ਨੇਪਾਲ ਦੇ ਸਾਰੇ ਸਕੂਲ ਅਤੇ ਕਾਲਜ ਨੂੰ ਬੰਦ ਰੱਖਣ ਦਾ ਵੀ ਫੈਸਲਾ ਕੀਤਾ ਗਿਆ ਤਾਂ ਕਿ ਹਰ ਕੋਈ ਇਸ ਮੌਕੇ ਨੂੰ ਖੁਸ਼ੀ ਨਾਲ ਮਨਾ ਸਕੇ। I think I want to say a new introduction also. Before just where the highest peak Himalaya, the birthplace of that Buddha, now it's a place of the, maybe the new kind of a, for the global peace, which Prime Minister Modi has already been trying to propagate. Mansa jile vich dengue di mahamari de karan jile andar sainkdiyan de kareeb shaki mareej paaye gaye ne, jadki 60 mareezan nu dengue di bimari de naal prabhavit dassya ja reha hai, ਜਿਨ੍ਹਾਂ ਵਿੱਚੋਂ ਕੁਝ ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ ਮਾਨਸਾ ਵਿੱਚ ਚੱਲ ਰਿਹਾ ਹੈ। ਡੇਂਗੂ ਦਾ ਕਹਿਰ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਡੇਂਗੂ ਦੇ ਕਾਰਨ ਅੱਜ ਯੂਪੀ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਡੇਂਗੂ ਦੇ ਕਹਿਰ ਤੋਂ ਅਜੇ ਵੀ ਰਾਹਤ ਨਹੀਂ ਮਿਲ ਪਾ ਰਹੀ। ਉੱਤਰ ਪ੍ਰਦੇਸ਼ 'ਚ ਡੇਂਗੂ ਦੇ ਕਾਰਨ ਅੱਜ 6 ਲੋਕਾਂ ਦੀ ਮੌਤ ਹੋ ਗਈ ਅਤੇ 155 ਇਸ ਦੇ ਕਹਿਰ ਤੋਂ ਪ੍ਰਭਾਵਿਤ ਹੋਏ ਨੇ। ਇਸ ਕਹਿਰ ਤੋਂ ਪ੍ਰਭਾਵਿਤ ਸਥਾਨਕ ਲੋਕਾਂ ਨੇ ਸਰਕਾਰ 'ਤੇ ਇਸ ਬਿਮਾਰੀ ਦੇ ਵਧਣ ਦਾ ਦੋਸ਼ ਲਗਾਇਆ। ਸਥਾਨਕ ਲੋਕਾਂ ਮੁਤਾਬਕ ਸਿਹਤ ਵਿਭਾਗ ਨੇ ਡੇਂਗੂ ਪ੍ਰਭਾਵਿਤ ਲੋਕਾਂ ਨੂੰ ਹਾਲ ਚਾਲ ਪੁੱਛਣ ਲਈ ਦੌਰਾ ਕੀਤਾ। ਡੇਂਗੂ ਅਕਤੂਬਰ ਦੇ ਮਹੀਨੇ 'ਚ ਸਿਖਰਾਂ 'ਤੇ ਹੁੰਦਾ ਅਤੇ ਸਿਰਦਰਦ ਬੁਖਾਰ ਇਸ ਦੇ ਲੱਛਣ ਹੁੰਦੇ ਨੇ ਅਤੇ ਸਰਕਾਰ ਨੇ ਇਹ ਵੀ ਕਿਹਾ ਲੋਕ ਅਫਵਾਹਾਂ ਤੋਂ ਬਚਣ ਅਤੇ ਸਰਕਾਰੀ ਹਸਪਤਾਲਾਂ 'ਚ ਇਸ ਦਾ ਇਲਾਜ ਮੁਫਤ ਕੀਤਾ ਜਾਂਦਾ। ਅਰੇ ਬੱਚੇ ਹਮਾਰੇ ਡੇਂਗੂ ਸੇ ਪਰੇਸ਼ਾਨ ਹੈ ਬਹੁਤ ਜ਼ਿਆਦਾ ਦਵਾਈ ਮਤਲਬ ਪ੍ਰਾਈਵੇਟ ਦਵਾਈ ਲੈ ਨਹੀਂ ਸਕਤੇ ਹਮ ਇਤਨਾ ਪੈਸਾ ਨਹੀਂ ਹੈ ਸਰਕਾਰੀ ਲੋਕ ਕੋਈ ਆ ਨਹੀਂ ਪਾ ਰਹਾ ਇਸ ਟਾਈਮ ਜੋ ਮਤਲਬ ਦਵਾਈ ਦੇ ਆ ਕੇ ਹਸਪਤਾਲੋਂ ਮੇਂ ਭੀੜ ਲਗੀ ਪੜੀ ਹੈ ਦਿੱਲੀ ਸਮੇਤ ਪੂਰੇ ਭਾਰਤ 'ਚ ਲੋਕ ਡੇਂਗੂ ਤੋਂ ਕਾਫ਼ੀ ਪਰੇਸ਼ਾਨ ਨੇ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਸਰਕਾਰ ਡੇਂਗੂ ਦੇ ਖਤਰੇ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦਿੱਲੀ ਦੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਆਮ ਆਦਮੀ ਸਰਕਾਰ ਡੇਂਗੂ ਤੋਂ ਲੋਕਾਂ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜੈਨ ਨੇ ਕਿਹਾ ਕਿ ਸਰਕਾਰ ਸਕੂਲਾਂ ਜਾ ਕੇ ਬੱਚਿਆਂ ਨੂੰ ਡੇਂਗੂ ਤੋਂ ਬਚਣ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਏਗੀ। दिल्ली के अंदर जो स्कूल मैनेजमेंट कमेटीज़ हैं उनको बुलाया गया और उनको बताया गया है कि उन सभी ने सभी स्कूलों के अंदर जाना है और बच्चों को बताना है कि क्या क्या हमने ध्यान रखने की ज़रूरत है, क्या क्या केयर करने की ज़रूरत है, मच्छर से कैसे बचना है और किस तरह से डेंगू से हमने लड़ना है। तो वो सब स्कूलों में जाएंगे, सभी को मोटिवेट करेंगे। जैसे मोटी मोटी बातें हैं कि बच्चों को ये बताया जाएगा कि अपने घर को चेक करें, सबसे पहले हर बच्चे ने अपने घर को जाके चेक करना है कि वहाँ पर घर में मच्छर ना हो, और उसके बाद दो दो तीन तीन बच्चों के ग्रुप बनाए जाएंगे क्लासेज में ताकि वो तीन या चार घरों को चेक करें, अपने आसपास के चार या पांच घरों को चेक करें जहाँ पे कोई मच्छर ना मिले, आसपास का चेक किया जाएगा। 55 क्लिनिक हमने कल से स्टार्ट करने हैं, वैसे हमने आज से ही स्टार्ट कर दिए थे। वहाँ पर डेंगू का पूरा इलाज किया जाएगा, बुखार का इलाज, डेंगू का इलाज स्पेशली किया जाएगा। सुबह 7 बजे से लेकर रात के 9 बजे तक खुलेंगे, सुबह 7 से रात के 9 बजे तक, ताकि आपको ऑफिस जाने से पहले दिखा सकते हैं, ऑफिस से आने के बाद दिखा सकते हैं। BCCI प्रधान जगमोहन डालमिया का संस्कार किया गया। ਸੰਸਕਾਰ ਮੌਕੇ ਉੱਗੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। BCCI ਪ੍ਰਧਾਨ ਜਗਮੋਹਨ ਡਾਲਮੀਆ ਦਾ ਸੰਸਕਾਰ ਉੱਗੀਆਂ ਸ਼ਖਸੀਅਤਾਂ ਨੇ ਸ਼ਰਧਾਂਜਲੀ ਭੇਂਟ ਕਰਕੇ ਕੀਤਾ। ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ 75 ਸਾਲ ਦੇ ਡਾਲਮੀਆ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਸੀਨੇ 'ਚ ਦਰਦ ਦੀ ਸ਼ਿਕਾਇਤ 'ਤੇ ਉਹਨਾਂ ਨੂੰ ਕੁਝ ਦਿਨ ਪਹਿਲਾਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਮੁੰਬਈ ਸ਼ੇਅਰ ਬਾਜ਼ਾਰ ਦਾ ਪ੍ਰਮੁੱਖ ਸੂਚਾਂਕ ਸੈਂਸੈਕਸ ਅੱਜ ਹਫ਼ਤੇ ਦੇ ਪਹਿਲੇ ਦਿਨ ਗਿਰਾਵਟ ਦੇ ਨਾਲ ਖੁੱਲ੍ਹਿਆ ਅਤੇ ਸ਼ੁਰੂਆਤੀ ਕਾਰੋਬਾਰ 'ਚ 213 ਅੰਕ ਟੁੱਟ ਕੇ 26,006 ਦੇ ਪੱਧਰ 'ਤੇ ਪਹੁੰਚ ਗਿਆ। ਇਸ ਪ੍ਰਕਾਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 57 ਅੰਕ ਟੁੱਟ ਕੇ 8,000 ਦੇ ਹੇਠਾਂ ਆ ਗਿਆ। ਮਿਡ ਕੈਪ ਅਤੇ ਸਮਾਲ ਕੈਂਪ ਸ਼ੇਅਰਾਂ ਦੀ ਹਾਲਤ ਵੀ ਚੰਗੀ ਨਹੀਂ ਹੈ। ਰਾਜਸਥਾਨ ਦੇ ਅਜਮੇਰ ਸ਼ਰੀਫ 'ਚ ਅੱਜ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦ ਉੱਥੇ ਬੰਬ ਹੋਣ ਦੀ ਖਬਰ ਫੈਲ ਗਈ।
ਬੰਬ ਦੀ ਸੂਚਨਾ ਮਿਲਦੇ ਦਰਗਾਹ ਸ਼ਰੀਫ ਨੂੰ ਤੁਰੰਤ ਖਾਲੀ ਕਰਵਾਇਆ ਗਿਆ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਤਲਾਸ਼ੀ ਸ਼ੁਰੂ ਕੀਤੀ ਅਤੇ ਇੱਕ ਸ਼ੱਕੀ ਬੈਗ ਬਰਾਮਦ ਕੀਤਾ। ਜਦ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਦੋ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤੇ ਬਾਅਦ 'ਚ ਛੱਡ ਦਿੱਤਾ। ਸੁਰੱਖਿਆ ਏਜੰਸੀਆਂ ਵੀ ਮੌਕੇ ਤੇ ਪਹੁੰਚ ਚੁੱਕੀਆਂ ਨੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਅੱਜ ਕਰੀਬ ਸਵੇਰੇ 9:45 ਰਾਸ਼ਟਰੀ ਮਾਰਗ ਤੋਂ ਰੂਪਨਗਰ ਤੋਂ ਕੀਰਤਪੁਰ ਸਾਹਿਬ ਵੱਲ ਜਾ ਰਿਹਾ ਤੇਜ਼ ਰਫ਼ਤਾਰ ਟਿੱਪਰ ਪਿੰਡ ਅਹਿਮਦਪੁਰ ਨੇੜੇ ਭਾਖੜਾ ਨਹਿਰ ਦੇ ਵੱਡੇ ਪੁਲ ਤੋਂ ਹੇਠਾਂ ਉਤਰਦਿਆਂ ਹੋਇਆ ਇੱਕ ਖੜ੍ਹੀ ਬੱਸ ਨੂੰ ਓਵਰਟੇਕ ਕਰਦੇ ਸਮੇਂ ਬੇਕਾਬੂ ਹੋ ਗਿਆ ਤੇ ਪਲਟ ਗਿਆ। ਇਸ ਟਿੱਪਰ 'ਚ 5 ਵਿਅਕਤੀ ਸਨ, ਜਿਨ੍ਹਾਂ 'ਚੋਂ 4 ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਇੱਕ ਵਿਅਕਤੀ ਜੋ ਟਿੱਪਰ ਪਲਟ ਜਾਣ ਤੋਂ ਬਾਅਦ ਟਿੱਪਰ ਦੇ ਵਿੱਚ ਹੀ ਫਸ ਗਿਆ ਸੀ, ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਸਥਾਨ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੁਲ ਤੋਂ ਉਤਰਨ ਸਮੇਤ ਟਿੱਪਰ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਅਸਮ 'ਚ ਭਾਰੀ ਬਾਰਿਸ਼ ਕਾਰਨ ਹੜ੍ਹ ਜਿਹੇ ਹਾਲਾਤ ਪੈਦਾ ਹੋ ਗਏ ਨੇ, ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਅਸਮ ਦੇ ਗੁਹਾਟੀ ਸ਼ਹਿਰ 'ਚ ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਨੇ। ਦੁਪਹਿਰ ਤੋਂ ਹੀ ਤੇਜ਼ ਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੜਕਾਂ ਪਾਣੀ 'ਚ ਡੁੱਬ ਗਈਆਂ। ਇੱਥੋਂ ਤੱਕ ਕਿ ਆਵਾਜਾਈ ਦੇ ਸਾਧਨ ਨਾ ਹੋਣ ਕਰਕੇ ਵੀ ਲੋਕ ਦਫ਼ਤਰ ਵੀ ਨਹੀਂ ਪਹੁੰਚ ਸਕੇ। ਬਾੜ ਕਹੇ ਤਕਰੀਬਨ 11:30 ਵਜੇ ਸੀ ਬਾੜੀ ਸ਼ੁਰੂ ਹੋਇਆ ਹੈ, ਤੋ ਉਸੀ ਟਾਈਮ 11:30 ਵਜੇ ਕੇ ਅੰਦਰ ਪਾਣੀ ਹੋਣਾ ਸ਼ੁਰੂ ਹੋ ਗਿਆ। ਉਹ ਆਪਣਾ ਅਭੀ ਸੇ ਤੋ ਫਿਲਹਾਲ ਪਾਣੀ ਹੀ ਚੱਲ ਰਿਹਾ, ਫੁੱਲ ਪਾਣੀ ਹੈ, ਭਰ ਰਿਹਾ ਹੈ, ਕਮਾਈ ਕਹਾ ਹੈ, ਅਭੀ ਵੀ ਭਰ ਰਿਹਾ ਹੈ। ਤੋ ਫਿਲਹਾਲ ਅਭੀ ਦੇਖਤਾ ਹੈ, ਆਫਿਸ ਮੇਂ ਹਮ ਲੋਗ ਵੀ ਪੜਾ ਹੁਆ ਹੈ, ਜਾ ਨਹੀਂ ਪਾ ਰਹਾ ਹੈ ਅਭੀ। ਵੈਸੇ ਤਾਂ ਭਾਰਤ ਲਈ ਸਲਾਨਾ ਮਾਨਸੂਨ ਬਹੁਤ ਮਹੱਤਵਪੂਰਨ ਹੈ, ਪਰ ਜ਼ਿਆਦਾ ਬਾਰਿਸ਼ ਹੋਣ ਕਾਰਨ ਸੜਕਾਂ ਖਿਸਕਣ ਅਤੇ ਬਿਮਾਰੀਆਂ ਫੈਲਣ ਵਰਗੀਆਂ ਮੁਸ਼ਕਲਾਂ ਪੈਦਾ ਹੋਣ ਦਾ ਵੀ ਡਰ ਰਹਿੰਦਾ ਹੈ। ਮੱਧ ਪ੍ਰਦੇਸ਼ 'ਚ ਗਲਤੀ ਨਾਲ ਇੱਕ ਜ਼ਿੰਦਾ ਆਦਮੀ ਨੂੰ ਟੋਏ 'ਚ ਦਬਾਇਆ ਗਿਆ। ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ 'ਚ ਇੱਕ ਭਿਆਨਕ ਘਟਨਾ 'ਚ 45 ਸਾਲ ਦੇ ਵਿਅਕਤੀ ਨੂੰ ਗਲਤੀ ਨਾਲ ਟੋਏ 'ਚ ਡਿੱਗਣ ਤੋਂ ਬਾਅਦ ਜ਼ਿੰਦਾ ਦਬਾ ਦਿੱਤਾ ਗਿਆ। ਲਾਪਰਵਾਹ ਕਰਮਚਾਰੀਆਂ ਨੇ ਬਜਰੀ ਦੇ ਨਾਲ ਟੋਏ ਨੂੰ ਭਰ ਦਿੱਤਾ ਅਤੇ ਉਸ ਨੂੰ ਇਕਸਾਰ ਕਰਨ ਦੇ ਲਈ ਉਸ ਉੱਪਰ ਸੜਕ ਬਣਾਉਣ ਵਾਲੀ ਮਸ਼ੀਨ ਚਲਾ ਦਿੱਤੀ। ਮਿਲੀ ਖਬਰ ਮੁਤਾਬਕ ਮਸ਼ੀਨ ਚਲਾਉਣ ਵਾਲੇ ਡਰਾਈਵਰ ਅਤੇ ਇੱਕ ਮਜ਼ਦੂਰ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਨੇ ਆਦਮੀ ਨੂੰ ਬਿਨਾਂ ਦੇਖੇ ਟੋਏ ਨੂੰ ਭਰ ਦਿੱਤਾ ਸੀ। ਦੱਸ ਦਈਏ ਕਿ ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਜ਼ਿਕਰਯੋਗ ਹੈ ਕਿ ਇਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਸੀ ਜਾਣਾ ਜੇਕਰ ਸਥਾਨਕ ਲੋਕ ਉਸ ਆਦਮੀ ਦਾ ਹੱਥ ਬਾਹਰ ਨਾ ਦੇਖਦੇ। ਮ੍ਰਿਤਕ ਦੀ ਪਹਿਚਾਣ ਲਟੋਰੀ ਲਾਲ ਵਜੋਂ ਹੋਈ ਹੈ। ਪੁਲਿਸ ਅਨੁਸਾਰ ਉਹਨਾਂ ਨੂੰ ਮ੍ਰਿਤਕ ਬਾਰੇ ਸੋਮਵਾਰ ਨੂੰ ਜਾਣਕਾਰੀ ਮਿਲੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਪੁਲਿਸ ਜਾਂਚ ਵਿੱਚ ਜੁਟੀ ਹੈ। ਅੱਜ ਲੋਈਆਂ ਮਲਸੀਆਂ ਰੋਡ 'ਤੇ ਟਰੱਕ ਅਤੇ ਮੋਟਰਸਾਈਕਲ ਦੇ ਵਿਚਕਾਰ ਹੋਈ ਟੱਕਰ ਤੋਂ ਬਾਅਦ 2 ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਮੁੱਖ ਦੋਸ਼ੀ ਬਲਵੰਤ ਸਿੰਘ ਰਾਜਵਾਨਾ ਨੂੰ ਕੇਂਦਰੀ ਜੇਲ੍ਹ ਤੋਂ ਹਸਪਤਾਲ ਲਿਜਾਣ ਲੱਗੇ ਭਾਰੀ ਸੁਰੱਖਿਆ ਬਲਾਂ ਦੇ ਨਾਲ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਹੱਤਿਆ ਮਾਮਲੇ 'ਚ ਸਜ਼ਾ ਕੱਟ ਰਹੇ ਮੁੱਖ ਦੋਸ਼ੀ ਬਲਵੰਤ ਸਿੰਘ ਰਾਜਵਾਨਾ ਨੂੰ ਪਟਿਆਲਾ 'ਚ ਹਸਪਤਾਲ 'ਚ ਇਲਾਜ ਦੌਰਾਨ ਲਿਜਾਇਆ ਗਿਆ, ਜਿੱਥੇ ਪੁਲਿਸ ਸੁਰੱਖਿਆ ਬਲਾਂ ਦਾ ਸਹਾਰਾ ਲਿਆ ਗਿਆ। ਪਟਿਆਲਾ ਦੇ ਸਰਕਾਰੀ ਡਾਕਟਰ MD ਭਾਰਦਵਾਜ ਮੈਡੀਕਲ ਸੁਪਰਡੈਂਟ ਨੇ ਬਲਵੰਤ ਸਿੰਘ ਦਾ ਚੈੱਕਅਪ ਕੀਤਾ। ਉੱਥੇ ਬਲਵੰਤ ਸਿੰਘ ਰਾਜਵਾਨਾ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਉਹ ਚਿੱਠੀ ਲਿਖਣਗੇ ਕਿ ਮੇਰੀ ਸਜ਼ਾ ਖਤਮ ਹੋ ਚੁੱਕੀ ਹੈ ਅਤੇ ਹੁਣ ਜੋ ਵੀ ਫੈਸਲਾ ਲੈਣਾ ਜਲਦ ਲਿੱਤਾ ਜਾਣਾ ਚਾਹੀਦਾ ਹੈ ਅਤੇ ਮੇਰਾ ਜੀਵਨ ਸੱਚ ਨੂੰ ਸਮਰਪਿਤ ਹੈ, ਇਹ ਕਹਿਣਾ ਬਲਵੰਤ ਸਿੰਘ ਰਾਜਵਾਨਾ ਦਾ। ਮੈਂ ਰਾਸ਼ਟਰਪਤੀ ਨੂੰ ਲੈਟਰ ਲਿਖ ਕੇ ਆਪਣੇ ਜਿਹੜਾ ਪੱਖ ਆ ਸਪਸ਼ਟ ਕਰਤਾ, ਰਾਜਨੀਤਿਕ ਲੋਕਾਂ ਨੂੰ ਮੇਰੀ ਫਾਂਸੀ ਦੇ ਸੰਬੰਧ ਵਿੱਚ ਫੈਸਲਾ ਲੈਣਾ ਚਾਹੀਦਾ, ਜੋ ਵੀ ਮੇਰੇ ਸੰਬੰਧ ਵਿੱਚ ਫੈਸਲਾ ਲੈਣਾ ਚਾਹੁੰਦੇ ਆ ਉਹ ਲੈਣਾ ਚਾਹੀਦਾ ਉਹਨਾਂ ਨੂੰ ਅੰਤਮ ਫੈਸਲਾ, ਮੇਰਾ ਜੀਵਨ ਸੱਚ ਨੂੰ ਸਮਰਪਿਤ ਹੈ। ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਬੀਤੇ ਦਿਨ ਹੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਸਮਾਪਤ ਹੋ ਗਿਆ। ਇਸ ਫਿਲਮ ਫੈਸਟੀਵਲ ਦੇ ਵਿੱਚ ਰੂਮ ਫਿਲਮ ਲੋਕਾਂ ਦੀ ਚਹੇਤੀ ਫਿਲਮ ਬਣੀ। ਇਹ ਫਿਲਮ ਇੱਕ 5 ਸਾਲਾ ਬੱਚੇ ਨੂੰ ਉਸਦੀ ਮਾਂ ਦੇ ਨਾਲ ਅਗਵਾ ਕਰਕੇ ਕਮਰੇ 'ਚ ਬੰਦ ਰੱਖਣ ਦੀ ਕਹਾਣੀ 'ਤੇ ਆਧਾਰਿਤ ਹੈ। ਲੰਬਾ ਸਮਾਂ ਇੱਕ ਕਮਰੇ ਵਿੱਚ ਬੰਦ ਰਹਿਣ ਕਾਰਨ ਉਹਨਾਂ ਮਾਂ ਪੁੱਤਰ ਨੂੰ ਸਾਰਾ ਸੰਸਾਰ ਇੱਕ ਕਮਰੇ 'ਚ ਜੀਣਾ ਹੀ ਜਾਪਦਾ ਲੱਗਦਾ ਹੈ। ਇਸ ਫਿਲਮ ਦੀ ਕਹਾਣੀ ਗੋਆ ਵਿੱਚ ਇਕੱਠੇ ਹੋਏ ਅਤੇ ਆਪਣੇ ਜੀਵਨ ਦੇ ਭੇਦ ਜ਼ਾਹਿਰ ਕਰਨ ਵਾਲੀਆਂ ਅੱਧੀ ਕੁ ਦਰਜਨ ਦੋਸਤ ਲੜਕੀਆਂ ਦੁਆਲੇ ਘੁੰਮਦੀ ਹੈ। ਟਿਫ ਦੇ ਪ੍ਰਬੰਧਕ ਪੀਅਰਸ ਹੈਂਡਲਿੰਗ ਅਤੇ ਕੈਮਰਨ ਬੇਲੀ ਨੇ ਦੱਸਿਆ ਕਿ ਇਸ ਫਿਲਮ ਮੇਲੇ ਦੌਰਾਨ ਦੇਸ਼ਾਂ ਵਿਦੇਸ਼ਾਂ ਤੋਂ 5.5 ਲੱਖ ਦੇ ਕਰੀਬ ਦਰਸ਼ਕ ਫਿਲਮ ਵਿੱਚ ਪੁੱਜੇ, ਜਦਕਿ ਭਾਰਤ ਸਮੇਤ 80 ਦੇਸ਼ਾਂ ਦੇ ਫਿਲਮਕਾਰਾਂ ਅਤੇ 1200 ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ। ਰਾਦੌਰ 'ਚ ਅੱਜ ਸਵੇਰੇ ਹੋਈ ਤੇਜ਼ ਰਫ਼ਤਾਰ ਦੇ ਨਾਲ ਬਾਰਿਸ਼ ਕਿਸਾਨਾਂ ਦੇ ਲਈ ਆਫਤ ਬਣ ਕੇ ਬਰਸੀ ਹੈ, ਜਿੱਥੇ ਕਿਸਾਨਾਂ ਨੂੰ ਕਾਫੀ ਆਰਥਿਕ ਨੁਕਸਾਨ ਹੋਇਆ। ਕਿਸਾਨਾਂ ਨੇ ਆਰਥਿਕ ਨੁਕਸਾਨ ਦੇ ਚਲਦਿਆਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਜਦੋਂ ਵੀ ਕੋਈ ਇਨਸਾਨ ਮਿਹਨਤ ਕਰਦਾ ਹੈ ਤਾਂ ਜਦ ਉਸਦੀ ਮਿਹਨਤ 'ਤੇ ਪਾਣੀ ਫਿਰ ਜਾਵੇ ਤਾਂ ਉਸਨੂੰ ਕਿੰਨਾ ਦੁੱਖ ਲੱਗਦਾ ਹੈ, ਤਸਵੀਰਾਂ ਬਿਆਨ ਕਰ ਰਹੀਆਂ ਨੇ। ਇਹ ਤਸਵੀਰਾਂ ਨੇ ਹਰਿਆਣਾ ਦੇ ਰਾਦੌਰ ਦੀਆਂ, ਜਿੱਥੇ ਅੱਜ ਤੇਜ਼ ਹਵਾ ਦੇ ਨਾਲ ਆਈ ਬਰਸਾਤ ਨੇ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ। ਪਹਿਲਾਂ ਹੀ ਝੋਨੇ ਦਾ ਘੱਟ ਰੇਟ ਮਿਲਣ ਕਰਕੇ ਕਿਸਾਨ ਪਰੇਸ਼ਾਨ ਸਨ, ਪਰ ਅੱਜ ਹੋਈ ਇਹ ਬਰਸਾਤ ਨੇ ਕਿਸਾਨਾਂ ਦੇ ਜ਼ਖਮਾਂ 'ਤੇ ਨਮਕ ਛਿੜਕ ਦਿੱਤਾ ਹੈ। ਖੇਤਾਂ 'ਚ ਝੋਨੇ ਅਤੇ ਗੰਨੇ ਦੀ ਫਸਲ ਖਰਾਬ ਹੋ ਗਈ ਹੈ। ਕਿਸਾਨਾਂ ਦੀ ਮੰਨੀਏ ਤਾਂ ਫਸਲ ਦੇ ਵਿੱਚ ਜਾਣ ਕਰਕੇ ਇਸ ਦੀ ਗੁਣਵੱਤਾ 'ਤੇ ਅਸਰ ਪਵੇਗਾ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ। ਤੂਫਾਨ ਆਇਆ ਹੈ ਕਿ ਜਿਸਨੇ ਬਹੁਤ ਜੀਡੀਓ ਮੇਂ ਸਭਸੇ ਜ਼ਿਆਦਾ ਹਮਾਰਾ ਨੁਕਸਾਨ ਕਰਾ ਹੈ, ਗੇਤੀ ਜੀਡੀ ਹੋ ਜਾਂ ਪਛੇਤੀ ਜੀਡੀ ਹੋ।
धान की फसलें बिल्कुल ज़मीन पे बिछ गई हैं। कुछ तो गवर्नमेंट की वजह से पहले ही नहीं कुछ रेट मिल रहा था, अब बिल्कुल कमर तोड़ के रख दिया किसान की इस तूफान ने। और पीछे हमारा ये गन्ना भी देख सकते हो आप कि गन्ना भी बिछ चुका है। ऐसे में किसान के पास कोई चारा नहीं रह गया है, बजाय कि गवर्नमेंट के इससे आस लगाएं कि गवर्नमेंट को कुछ ना कुछ मुआवजा इसका ज़रूर देना चाहिए। बरसात होगी जी, अब तो बिल्कुल नहीं कोई पूछने का, इसको खराब होगी फसल पकी पकाई जी, रेट नहीं सही मिल रहा, पहले बहुत कम रेट है जी, आना कानी कर रहे जी, कौन पूछ रहा, कोई नहीं पूछ रहा जी मंडियों में। ऐसी अजीत खबरों का विशेष बुलेटिन, और दस दिए कि श्री गुरु नानक देव जी के व्याह पूर्व मौके की खास रिपोर्ट तुम अजीत वैब टीवी पर देख सकते हो। तो हूँ दौ आ गया, धन्यवाद।